बेबे हाँ पुत ओ कपड़ा रखा जाते किथे रहता कल तेरा बापू लेके गया थे इथे लबला किन्नी बारी क्या ना छेड़िया करो कोई भी चीज मेरी फेर एवी बस चंगा रोटी तो खा ला मैं रोटी नहीं खानी मैं पहले ही बहुत लेट हाँ मैं गुरुद्वारा साहब जाना मत्था भी टेकना मैं पहले ही पगवरण करके लेट हो गया चंगा ठीक है मुंह खोल ओके चल रहा कृपा करी हमेशा मेरे परिवार ते मेहर भरे हाथ रखी सरबत दा भला करी मालका चढ़दी कला बख्श वाहेगुरु सतनाम वाहेगुरु वाहेगुरु गलती माफ करे मालको हेलो हेलो किथे हो रंजीत तुसी पहुंचे नहीं हले तक मैं कदों दी वेट कर रही हां बस मैं हुनी गुरुद्वारा साहब तो निकले हां यार बस तू फोन काट मैं पहुंच गया आओ आओ जल्दी आओ मैं ते कॉलेज च बैठी हां 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 ओके ओके आ रहे हैं ठीक है सॉरी यार लेट हो गया यार तुसी रोज लेट हो जांदे हो मैं ते घंटे तो वेट कर रही हैं ओ यार पग बनन नु थोड़ा टाइम लग गया ते फिर गुरुद्वारा साहब भी जाना सी ता लेट हो गया थोड़ा यार तुसी रोज इस पग करके लेट हो जांदे हो तुसी ये झंझट क्यों नहीं मुका दिंदे झंझट मैं को समझया नहीं की कहना की चाह रही हैं तू सामने देखो किन्ना सोहना मुंडा है किन्ना सोहना लगदा है कटिंग विच बिना पग तो मैं सोच रही सी कि अगर तुसी भी इद्दा दा कट करवा लो तो बड़े सोने लगूंगे नहीं रीत ए नहीं हो सकता ए 6 मीटर दा कपड़ा नहीं ए साडी सरदारी आ साडी गुरुआं दे देन आ इंज नहीं हो सकता ठीक है फिर जब तुसी मेरे लिए इन्ना भी नहीं कर सकदे आज तो बाद ना मैनू कॉल करियो ना कदे मिलन दी कोशिश करियो मैं जा रही हां गुड बाय रीत गल तो सुन पुत्त किड्डा वड्डा नेरा करके आए हैं कोई टेंशन ना मेरे पुत्त नो नहीं कुछ नहीं बेबे बस एवी पुत्त मैं तेरी माँ मैनू जे कुछ दसेगा नहीं होर किनू दसेगा बेबे मैनू
ਪੱਗ ਬੰਨਣੀ ਬਹੁਤ ਔਖੀ ਲੱਗਦੀ ਆ। ਮੈਂ ਨਾ ਆਪਣੇ ਵਾਲ ਕਟਾਉਣੇ ਚਾਹੁੰਦਾ। ਕਿਉਂ ਪੁੱਤ, ਵਾਲ ਤਾਂ ਸਰਦਾਰੀ ਆ, ਕਿਉਂ ਕਟਾਉਣੇ ਨੇ? ਪੁੱਤ, ਇਸ ਪੱਗ ਨਾਲ ਸਾਡੀ ਸਰਦਾਰੀ ਆ, ਸਾਡੀ ਪੰਜਾਬੀਆਂ ਦੀ ਸ਼ਾਨ ਆ, ਤੇਰੇ ਦਾਦੇ ਪੜਦਾਦਿਆਂ ਦੀ ਇੱਜ਼ਤ ਆ ਪੁੱਤ। ਬੇਬੇ, ਬਹੁਤ ਸਾਰੇ ਮੁੰਡੇ ਸਰਦਾਰ ਹੁੰਦੇ ਹੋਏ ਵਾਲ ਕਟਾ ਕੇ ਘੁੰਮਦੇ ਨੇ, ਐਸ਼ ਕਰਦੇ ਨੇ, ਫਿਰ ਮੈਂ ਕਿਉਂ ਨਹੀਂ? ਕੀ ਉਹ ਸਰਦਾਰ ਨਹੀਂ ਹੁੰਦੇ? ਫਿਰ ਮੈਨੂੰ ਹੀ ਕਿਉਂ? ਪੁੱਤ, ਵਾਲ ਕਟਾ ਕੇ ਸਰਦਾਰੀ ਨਹੀਂ ਹੁੰਦੀ। ਅੱਛਾ ਬੈਠ, ਮੈਂ ਰੋਟੀ ਲੈ ਕੇ ਆਉਣੀ ਆ, ਰੋਟੀ ਖਾ ਲਾ। The number you're trying to reach is not responding at the moment. Do call back, please. ਲੈ ਪੁੱਤ, ਰੋਟੀ ਖਾ। ਬੇਬੇ, ਮੈਂ ਨਹੀਂ ਖਾਣੀ, ਮੇਰਾ ਦਿਲ ਨਹੀਂ ਕਰਦਾ। ਪੁੱਤ, ਮੈਂ ਖਵਾਉਣੀ ਆ। ਬੇਬੇ, ਜਦੋਂ ਮੇਰਾ ਨਹੀਂ ਦਿਲ ਕਰਦਾ, ਮੈਨੂੰ ਕਿਉਂ ਬਾਰ ਬਾਰ ਤੰਗ ਕਰਦੇ ਹੋ? ਪਲੀਜ਼, ਤੁਸੀਂ ਜਾਓ, ਮੈਨੂੰ ਇਕੱਲੇ ਨੂੰ ਛੱਡ ਦਿਓ। ਹੈਲੋ। ਹੈਲੋ ਰੀਤ, ਉਹ ਯਾਰ ਤੂੰ ਫੋਨ ਕਿਉਂ ਨਹੀਂ ਚੱਕਦੀ? ਮੈਂ ਕਦੋਂ ਦਾ ਫੋਨ ਮਿਲਾ ਰਿਹਾ। ਦੇਖ ਰਣਜੀਤ, ਜੇ ਮੇਰੇ ਨਾਲ ਰਿਲੇਸ਼ਨਸ਼ਿਪ 'ਚ ਰਹਿਣਾ ਤੇ ਜਿੱਦਾਂ ਮੈਂ ਕਿਹਾ ਉਵੇਂ ਹੀ ਬੰਨਿਆ ਪੈਣਾ ਤੈਨੂੰ। ਉਹ ਯਾਰ, ਹੁਣ ਮੇਰੇ ਨਾਲ ਉਦੋਂ ਹੀ ਗੱਲ ਕਰੀ ਜਦੋਂ ਤੂੰ ਆਪਣੇ ਆਪ ਨੂੰ ਪੂਰਾ ਚੇਂਜ ਕਰ ਲਵੇਂਗਾ। ਬਾਕੀ ਇਹ ਕੋਈ ਵੱਡੀ ਗੱਲ ਤਾਂ ਹੈ ਨਹੀਂ। ਚੱਲ ਬਾਏ ਹੁਣ। ਉਹ ਯਾਰ, ਮੇਰੀ ਗੱਲ ਤਾਂ ਸੁਣ। ਹੈਲੋ ਹੈਲੋ, ਉੱਠ ਪੁੱਤ, ਦਿਨ ਚੜਿਆ ਪਿਆ, ਚਾਹ ਪੀ ਲਾ। ਮੈਂ ਚਾਹ ਲੈ ਕੇ ਆਈ ਆ, ਕਾਲਜ ਨਹੀਂ ਜਾਣਾ? ਬੇਬੇ, ਮੈਂ ਨਹੀਂ ਜਾਣਾ ਕਾਲਜ, ਮੈਂ ਤੁਹਾਨੂੰ ਕਿਹਾ ਤਾਂ ਹੈ। ਮੈਂ ਤਾਂ ਹੀ ਕਾਲਜ ਜਾਊਂਗਾ ਜੇ ਮੈਂ ਵਾਲ ਕਟਾਊਂਗਾ। ਚੱਲ ਪੁੱਤ, ਤੇਰੀ ਮਰਜ਼ੀ ਆ, ਤੇਰੀ ਖੁਸ਼ੀ ਨਾ ਸਾਡੀ ਖੁਸ਼ੀ ਆ। ਮਤਲਬ ਮੈਂ ਵਾਲ ਕਟਾ ਲਾ ਬੇਬੇ? ਕਟਾ ਲਾ। ਸੱਚੀ ਸੱਚੀ ਬੇਬੇ, ਲਵ ਯੂ ਬੇਬੇ ਬਹੁਤ ਸਾਰਾ। ਸੱਚੀ ਹੋਊਗਾ। ਹੋਰ ਬਾਈ, ਕੀ ਹਾਲ ਆ? ਮੈਂ ਤਾਂ ਠੀਕ ਆ ਬਾਈ, ਪਰ ਤੂੰ ਠੀਕ ਨਹੀਂ ਲੱਗਦਾ। ਕੀ ਮਤਲਬ? ਮਤਲਬ ਇਹ ਕਿ ਮੈਨੂੰ ਤੇਰੇ ਤੋਂ ਇਹ ਮਹੀਨੇ ਸੀ ਕਿ ਤੂੰ ਕਿਸੇ ਦੇ ਪਿੱਛੇ ਆਪਣੀ ਸਰਦਾਰੀ ਦੀ ਕੁਰਬਾਨੀ ਦੇ ਸਕਦਾ। ਮੈਂ ਤਾਂ ਤੇਰੇ ਤੋਂ ਇੰਪ੍ਰੈਸ ਹੋ ਕੇ ਖੁਦ ਪੱਗ ਬੰਨਣ ਦੀ ਸੋਚ ਰਿਹਾ ਸੀ, ਪਰ ਤੂੰ ਤਾਂ ਹੈਲੋ। ਮੈਂ ਯਾਰ ਬਸ ਕਾਲਜ ਆਇਆ ਵਾਂ, ਬਾਅਦ ਚੱਲਿਆ ਮੈਂ। ਚੱਲ ਮੈਂ ਕਰਦਾ ਫਿਰ ਫੋਨ ਯਾਰ, ਹੈ ਨਾ? ਚੱਲ ਬਾਅਦ 'ਚ ਕਰਦਾ। ਓਕੇ ਬਾਏ।
ਵਾਓ ਰਣਜੀਤ, ਯੂ ਲੁਕਿੰਗ ਸੋ ਹੈਂਡਸਮ। ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ, ਤੂੰ ਉਹੀ ਰਣਜੀਤ ਹੈ? ਹੈਂ, ਸੱਚੀ? ਮਤਲਬ ਘੈਂਟ ਲੱਗਦਾ ਨਾ ਬਿਨਾਂ ਪੱਗ ਤੋਂ। ਬਹੁਤ ਘੈਂਟ, ਹੁਣ ਹੋ ਰਿਹਾ ਤੇਰਾ ਮੇਰੇ ਨਾਲ ਮੈਚ। ਆਪਾਂ ਕਿਤੇ ਘੁੰਮਣ ਚੱਲੀਏ, ਮੂਵੀ ਦੇਖਦੇ ਹਾਂ। ਹਾਂ, ਮੂਵੀ ਦੇਖਦੇ ਹਾਂ। ਚਲੋ ਚਲੋ। ਦੇਖੋ ਜਨਾਬ, ਵੱਡੇ ਭੂ ਡਾਂਸ ਕਰ ਰਿਹਾ। ਉਦੋਂ ਕਿਸ ਨੂੰ? ਰੁਕ 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 ਰੁਕ, ਮਜ ਨੂੰ ਕਿੱਧਰ ਚੱਲਿਆ? ਕਾਗਜ਼ ਚੈੱਕ ਕਰਾ ਜਨਾਬ ਨੇ ਸਾਰੇ। ਸਾਰੇ ਕਾਗਜ਼ ਸਰ ਪੂਰੇ ਆ। ਲਾਇਸੈਂਸ ਵਗੈਰਾ ਜਨਾਬ ਨੂੰ ਚੈੱਕ ਕਰਾ ਸਾਰੇ। ਸਰ ਲਾਇਸੈਂਸ ਹੈਗਾ ਜੀ, ਸਾਰੇ ਕਾਗਜ਼ ਪੱਤਰ ਪੂਰੇ ਆ ਜੀ, ਇੱਦਾਂ ਦਾ ਕੋਈ ਚੱਕਰ ਨੀਗਾ। ਹੈਲਮਟ? ਸਰ ਇੱਥੇ ਤੱਕ ਹੀ ਜਾਣਾ ਜੀ ਅਸੀਂ, ਪਾੜਾ ਜਿਹਾ ਪਹਿਲੀ ਵਾਰ ਨਿਕਲਾਂ ਸਰ। ਇੱਦਾਂ ਬੋਲਦਾ ਤਾਂ ਤੂੰ ਪਿਓਰ ਪੰਜਾਬੀ ਹੈ, ਪਰ ਤੂੰ ਹੈ ਕਿੱਥੋਂ ਦਾ? ਪੰਜਾਬੀ ਹਾਂ ਜੀ, ਮੈਂ ਪੰਜਾਬ 'ਚ ਰਹਿਣਾ ਜੀ। ਵਾਹ ਵੀ ਵਾਹ, 2 ਸਾਲ ਪੰਜਾਬ 'ਚ ਲਾ ਲਏ ਤੇ ਤੁਸੀਂ ਪੰਜਾਬੀ ਬਣ ਗਏ ਹੈ? ਕਿਸ ਪਰਿਵਾਰ ਦਾ ਤੂੰ? ਸਰ ਆਹ ਦੇਖੋ ਮੇਰਾ ਲਾਇਸੈਂਸ ਜੀ, ਰਣਜੀਤ ਸਿੰਘ ਨਾਮ ਮੇਰਾ ਜੀ, ਸਰਦਾਰਾਂ ਦਾ ਮੁੰਡਾ ਸਰ ਮੈਂ। ਵਾਹ ਵੀ ਵਾਹ, ਇੱਥੇ ਸਰਦਾਰ, ਮੇਰੇ ਸਾਹਮਣੇ ਕੁਛ ਹੋਰ। ਕੀ ਹੋ ਗਿਆ ਸੀ ਇਹੋ ਜਿਹਾ ਜੋ ਤੈਨੂੰ ਇਹੋ ਜਿਹਾ ਕਦਮ ਉਠਾਉਣਾ ਪੈ ਗਿਆ ਹੈ? ਓਏ ਸ਼ਰਮ ਕਰੋ, ਸ਼ਰਮ, ਅਕਲ ਨੂੰ ਹੱਥ ਮਾਰੋ। ਇਹ ਸਰਦਾਰੀ ਪਿੱਛੇ ਸਾਡੇ ਦਸ਼ਮ ਪਿਤਾ ਨੇ ਪੂਰਾ ਪਰਿਵਾਰ ਵਾਰ ਦਿੱਤਾ ਸੀ, ਸਾਡੇ ਗੁਰੂਆਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਤਾਂ ਕਿ ਆਉਣ ਵਾਲੀ ਪੀੜ੍ਹੀ ਇਹ ਸਰਦਾਰੀ ਅਤੇ ਇਹਨਾਂ ਸਰਦਾਰੀਆਂ ਦੀ ਕਦਰ ਕਰ ਸਕੇ। ਅਤੇ ਤੂੰ ਇਸ ਪੰਜਾਬ ਦਾ ਅਤੇ ਇਹਨਾਂ ਪੰਜਾਬੀਆਂ ਦਾ ਨਾਮ ਮਿੱਟੀ 'ਚ ਬੁਲਾਉਣ ਲੱਗਿਆ? ਪਤਾ ਨਹੀਂ ਤੁਹਾਡੇ ਘਰ ਦੇ ਤੁਹਾਨੂੰ ਕੀ ਸਿਖਾਉਂਦੇ ਨੇ। ਮੈਨੂੰ ਤਾਂ ਨਾ ਤੇਰੇ ਵੱਲ ਦੇਖ ਕੇ ਸ਼ਰਮ ਆ ਕਿ ਤੂੰ ਇੱਕ ਸਿੱਖ ਪਰਿਵਾਰ ਨਾਲ ਸੰਬੰਧ ਰੱਖ। ਲੈ ਪੁੱਤ ਪਾਣੀ ਪੀ ਲਾ, ਅੱਜ ਵੀ ਤੂੰ ਲੇਟ ਆਇਆ ਤੇ ਹੁਣ ਵੀ ਮੈਨੂੰ ਤੂੰ ਬਹੁਤ ਪਰੇਸ਼ਾਨ ਲੱਗਦਾ। ਹੁਣ ਤਾਂ ਵਾਲ ਵੀ ਕਟਵਾਤੇ। ਨਹੀਂ ਬੇਬੇ, ਬਸ ਐਵੇਂ। ਚੱਲ ਤੂੰ ਮੂੰਹ ਹੱਥ ਧੋ, ਮੈਂ ਤੈਨੂੰ ਰੋਟੀ ਪਕਾ ਕੇ ਲੈ ਕੇ ਆਉਂਦੀ। ਨਹੀਂ ਮੈਂ ਰੋਟੀ ਨਹੀਂ ਖਾਣੀ, ਮੈਂ ਨਾ ਬਾਹਰੋਂ ਕੁਝ ਖਾ ਰਿਹਾ ਸੀ, ਮੈਨੂੰ ਭੁੱਖ ਨਹੀਂ, ਮੈਨੂੰ ਨਾ ਨੀਂਦ ਬਹੁਤ ਆ ਰਹੀ ਆ, ਤੁਸੀਂ ਮੈਨੂੰ ਸੌਣ ਦਿਓ ਹੁਣ ਬਸ, ਤੁਸੀਂ ਜਾਓ। ਚੱਲ ਚੰਗਾ, ਆਰਾਮ ਕਰ, ਸੌਂ ਜਾ। ਓਏ ਸ਼ਰਮ ਕਰੋ, ਸ਼ਰਮ, ਅਕਲ ਨੂੰ ਹੱਥ ਮਾਰੋ। ਵਾਹ ਵੀ ਵਾਹ, ਇੱਥੇ ਸਰਦਾਰ, ਮੇਰੇ ਸਾਹਮਣੇ ਕੁਛ ਹੋਰ। ਕੀ ਹੋ ਗਿਆ ਸੀ ਇਹੋ ਜਿਹਾ ਜੋ ਤੈਨੂੰ ਇਹੋ ਜਿਹਾ ਕਦਮ ਉਠਾਉਣਾ ਪੈ ਗਿਆ ਹੈ? ਓਏ ਸ਼ਰਮ ਕਰੋ, ਸ਼ਰਮ, ਅਕਲ ਨੂੰ ਹੱਥ ਮਾਰੋ। ਸਾਡੇ ਗੁਰੂਆਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਓਏ ਸ਼ਰਮ ਕਰੋ, ਓਏ ਸ਼ਰਮ ਕਰੋ, ਓਏ ਸ਼ਰਮ, ਓਏ ਸ਼ਰਮ ਕਰੋ, ਸ਼ਰਮ। ਪਤਾ ਨਹੀਂ ਤੁਹਾਡੇ ਘਰ ਨਹੀਂ, ਤੁਹਾਡੇ ਘਰ ਨਹੀਂ, ਤੁਹਾਡੇ ਘਰ ਨਹੀਂ, ਪਤਾ ਨਹੀਂ ਤੁਹਾਡੇ ਘਰ, ਪਤਾ ਨਹੀਂ ਤੁਹਾਡੇ ਘਰ, 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 ਤੁਹਾਡੇ ਘਰ,
अच्छा वाहेगुरु तेरा लख लख शुक्र आ मेरे पुत ते मेहर भरिया हथ रखी। उठ पुत दिन चढ़िया पिया कॉलेज नहीं जाना तू रात पग बन के सुता सी। मैनू माफ कर दे बेबे मैं गलत सी मैं भूल गया सी सरदारी मैनू माफ कर दे। कोई ना पुत सवेर का भुलिया जे शाम घर आ जाए तो उन्हें भुलिया ना जानी। हुण तू आए कर सोहनी जी दस्तार सजा पा गुरुद्वारे मत्था टेक के आईए मेरा शेर पुत रणजीत सिंह बन के दिखा। ठीक है बेबे। दाता तेरा लख लख शुक्र आ। ਕਿਵੇਂ ਆ ਬਾਈ? ਹੋਰ ਕੀ ਹਾਲ ਚਾਲ ਆ? ਆ ਹੋਈ ਨਾ ਸਰਦਾਰਾਂ ਵਾਲੀ ਗੱਲ, ਮੈਨੂੰ ਮਾਣ ਆ ਤੇਰੇ ਤੇ ਵੀਰ, ਤੂੰ ਆਪਣੀ ਸਰਦਾਰੀ ਕਾਇਮ ਰੱਖੀ। ਸ਼ੁਕਰੀਆ। ਮੈਂ ਵੀ ਤੇਰੇ ਵੱਲ ਦੇਖ ਕੇ ਪੱਗ ਬੰਨਣ ਲੱਗ ਗਿਆ। ਬਹੁਤ ਸੋਹਣਾ ਲੱਗਦਾ। ਚੱਲ ਮਿਲਦੇ ਹਾਂ। ਰਣਜੀਤ ਮੇਰੀ ਗੱਲ ਤੇ ਸੁਣ। ਦੇਖ ਰੀਤ, ਜੇ ਤੈਨੂੰ ਮੇਰੇ ਤੇ ਮੇਰੀ ਸਰਦਾਰੀ ਨਾਲ ਪਿਆਰ ਆ ਨਾ ਤਾਂ ਆਪਾਂ ਇਕੱਠੇ ਰਹਿ ਸਕਦੇ ਹਾਂ, ਕਿਉਂਕਿ ਮੈਨੂੰ ਤੂੰ ਨਹੀਂ ਮੇਰੀ ਸਰਦਾਰੀ ਚਾਹੀਦੀ ਆ। ਆਈ ਪ੍ਰਾਊਡ ਟੂ ਬੀ ਸਰਦਾਰ। ਮੈਨੂੰ ਮਾਫ ਕਰ ਦੇ ਰਣਜੀਤ, ਮੈਨੂੰ ਆਪਣੀ ਗਲਤੀ ਦਾ ਰਿਅਲਾਈਜ਼ ਹੈ। ਨਾਲੇ ਮੈਂ ਆਪਣੇ ਪੇਰੈਂਟਸ ਨਾਲ ਆਪਾਂ ਦੋਵਾਂ ਦੇ ਵਿਆਹ ਦੇ ਬਾਰੇ ਵੀ ਗੱਲ ਕੀਤੀ ਹੈ। ਨਾਲੇ ਮੈਨੂੰ ਤੇਰੇ ਤੇ ਤੇਰੀ ਸਰਦਾਰੀ ਨਾਲ ਦੋਵਾਂ ਨਾਲ ਹੀ ਪਿਆਰ ਹੈ। ਅੱਛਾ, ਚੱਲ ਫਿਰ ਚੱਲੀਏ ਕਲਾਸ ਚ ਆਪਾਂ। ਚਲੋ। ਰੋਕ 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 ਓਏ ਰੋਕ ਰੋਕ, ਕਾਗਜ਼ ਕੱਢੋ ਉਹਦੇ। ਟ੍ਰਿਪਲ ਆ ਜੀ ਇਹ। ਆ ਚੈੱਕ ਕਰਿਓ ਕਾਗਜ਼ ਜੀ। ਹਾਂਜੀ ਸਰਦਾਰ ਜੀ, ਕੀ ਗੱਲ ਹੋ ਗਈ? ਬਸ ਸਰ ਨੂੰ ਮਿਲਣਾ ਸੀ ਜੀ, ਇੱਕ ਮਿੰਟ। ਇੱਧਰ ਲਾ ਲਓ ਜੀ ਸਾਈਡ 'ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਤੁਹਾਨੂੰ ਪਹਿਚਾਣਿਆ ਨਹੀਂ, ਦੱਸੋ ਸ਼੍ਰੀਮਾਨ ਜੀ ਕੀ ਸੇਵਾ ਕਰੀਏ? ਸਰ ਮੈਂ ਉਹੀ ਰਣਜੀਤ ਆ ਜਿਹੜਾ ਤੁਸੀਂ 2-3 ਮਹੀਨੇ ਪਹਿਲਾਂ ਰੋਕਿਆ ਸੀ ਨਾ, ਲਾਇਸੈਂਸ ਚੈੱਕ ਕੀਤਾ ਸੀ ਮੇਰਾ, ਜਦੋਂ ਤੁਸੀਂ ਕਹਿੰਦੇ ਤੂੰ ਸਰਦਾਰ ਨਹੀਂ ਲੱਗਦਾ। ਅੱਛਾ ਅੱਛਾ ਅੱਛਾ, ਰਣਜੀਤ ਸਿੰਘ। ਹਾਂਜੀ ਸਰ। ਉਹ ਵਾਹ ਹੋਏ ਮੇਰੇ ਬੱਚਿਆ, ਤੈਨੂੰ ਇਸ ਰੂਪ 'ਚ ਦੇਖ ਕੇ ਮੇਰੀ ਰੂਹ ਖੁਸ਼ ਹੋ ਗਈ। ਵਾਹ ਏ ਪੁੱਤਰਾ, ਜਿਉਂਦਾ ਰਹਿ, ਖੁਸ਼ ਰਹਿ, ਪਰਮਾਤਮਾ ਤੈਨੂੰ ਹਮੇਸ਼ਾ ਹਰ ਖੁਸ਼ੀ ਨਾਲ ਆਬਾਦ ਕਰੇ। ਸਰ ਉਸ ਦਿਨ ਨਾ ਮੈਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ, ਤੁਹਾਡੀਆਂ ਗੱਲਾਂ ਨਾ ਮੈਨੂੰ ਸਾਰੀ ਰਾਤ ਸੌਣ ਨਹੀਂ ਦਿੱਤਾ, ਅਤੇ ਜੇ ਤੁਸੀਂ ਸਰ ਮੈਨੂੰ ਨਾ ਕਹਿੰਦੇ ਨਾ ਉੱਦਾਂ ਤਾਂ ਸ਼ਾਇਦ ਅੱਜ ਮੈਂ ਇੱਥੇ ਨਾ ਹੁੰਦਾ। ਜਿਉਂਦਾ ਰਹਿ ਪੁੱਤਰਾ, ਜਿਉਂਦਾ ਰਹਿ ਜਵਾਨੀਆਂ ਮਾਂ। ਹੇ ਵਾਹਿਗੁਰੂ, ਤੇਰੇ ਰੰਗ ਨਿਆਰੇ ਨੇ ਵਾਕਈ, ਅੱਜ ਤੈਨੂੰ ਇਸ ਰੂਪ 'ਚ ਦੇਖ ਕੇ ਮੇਰੀ ਰੁੱਖ ਖੁਸ਼ ਹੋ ਗਈ। ਮੈਨੂੰ ਵੀ ਆਪਣੇ ਸਰਦਾਰ ਹੋਣ ਦੇ ਮਾਣ। ਆਈ ਪ੍ਰਾਊਡ ਟੂ ਬੀ ਸਰਦਾਰ। ਮੈਨੂੰ ਵੀ ਬਹੁਤ ਮਾਣ ਹੈ ਜੀ, ਆਈ ਪ੍ਰਾਊਡ ਟੂ ਬੀ ਸਰਦਾਰ। ਹਾਂ, ਖੁਸ਼ ਰਹਿ, ਹਮੇਸ਼ਾ ਖੁਸ਼ ਰਹਿ ਮੇਰੇ ਬੱਚੇ, ਪਰਮਾਤਮਾ ਤੇਰੇ ਜੈਸੇ ਬੱਚੇ ਹਰ ਘਰ 'ਚ ਦੇ, ਪਰਮਾਤਮਾ ਤੇਰੇ ਲਈ ਚੜ੍ਹਦੀ ਕਲਾ 'ਚ। ਫਿਰ ਮਿਲਾਂਗੇ ਸਰ। ਚੰਗਾ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਸੱਚਾ ਪਾਤਸ਼ਾਹ, ਕਿਰਪਾ ਕਰੀਏ ਨਾ ਬੱਚੇ।